बहुत ही मैं ता रेणी हाँ भी मैनू ये मौका दिता उन्होंने। अच्छा मैं मतलब तुसी जिन्ने सारे सॉन्ग जिहड़े सतिंदर सरताज दे मोस्टली तुसी लिखे हुए? हाँ जी मैं सब लिखे ने। ਉਹ ਸਰਦਾਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਇੱਕ ਸੌਂਗ ਆ ਰਹੇ ਨੇ ਸ਼ਾਇਦ ਕਿਤੇ ਵਿਆਹ ਦਾ, ਉਹ ਬਾਕਮਾਲ ਉਹਨਾਂ ਦੀ ਆਵਾਜ਼ ਆ, ਮੈਨੂੰ ਲੱਗਦਾ ਕਿ ਕਿਉਂਕਿ ਉਹਨਾਂ ਦੀ ਜ਼ਿਆਦਾ ਪਾਰਟੀ ਦਾ ਕੁਛ ਬਣਦਾ ਲੱਗਦਾ ਨਹੀਂ ਪੰਜਾਬ ਦੇ ਵਿੱਚ, ਕਿ ਉਹ ਨਾ ਹੋਵੇ ਕਿ ਤੁਹਾਡੀ ਜਿਹੜੀ ਆ ਰੋਜ਼ੀ 'ਤੇ ਉਹ ਲੱਤ ਵੱਜੇ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਸਿੰਗਰ ਦੀ ਤਰ੍ਹਾਂ। ਹਾਲੇ ਸਰ ਉਹ ਸਵੇਰੇ ਠੰਡ ਬਹੁਤ ਸੀਗੀ ਅਤੇ ਮੈਂ ਜਰਾ ਗੇੜਾ ਮਾਰਨ ਗਿਆ ਅਤੇ ਸਿਰ 'ਤੇ ਪਰਨਾ ਨਹੀਂ ਸੀ ਗਿਆ, ਸੋ ਠੰਡ ਲੱਗ ਗਈ ਹੈ ਨਾ ਉਹਦੇ ਕਰਕੇ ਖਲੇ 'ਚ ਥੋੜ੍ਹੀ ਜਿਹੀ ਮੈਂ ਰਾਗ ਦੀ ਮੈਂ ਤੁਹਾਨੂੰ ਇਹ ਖਿਮਾ ਦਾ ਜਾਚਕ। ਅਸੀਂ ਜਿਹੜਾ ਮਿਊਜ਼ਿਕ ਆ ਉਹ ਸਾਰਾ ਅਸੀਂ ਕਾਪੀ ਕਰ ਲੈਂਦੇ ਸਾਡੇ ਨੁਸਰਤ ਫਤਿਹ ਅਲੀ ਖਾਨ ਸਾਹਿਬ। ਕਿਆ ਬਾਤ ਆ, ਫਿਰ ਤਾਂ ਕਮਾਲ ਹੀ ਹੋ ਗਈ। ਮੈਂ ਕਹਿੰਦਾ ਕਿ ਇਹ ਸ਼ਬਦ ਹੀ ਨਹੀਂ ਬਚੇ ਮੇਰੇ ਕੋਲ ਕਿ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਜਿਹੜਾ ਸੁਣਦਾ ਹੋਏਗਾ ਬੰਦਾ ਸੰਗੀਤ ਦੇ ਵਿੱਚ ਉਹਦੀ ਸੋਚ ਕੀ ਹੋਏਗੀ, ਉਹਦਾ ਦਾਇਰਾ ਕੀ ਹੋਏਗਾ, ਬਾ ਕਮਾਲ ਤਾਂ ਕਮਾਲ ਹੀ। ਸਤਿ ਸ਼੍ਰੀ ਅਕਾਲ ਜੀ, ਟੋਕਰਾ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਹਰਜੀਤ ਵੱਲੋਂ ਨਿੱਘਾ ਸਵਾਗਤ ਹੈ। ਅੱਜ ਉਹ ਸ਼ਖਸੀਅਤ ਦੀ ਇੰਟਰਵਿਊ ਕਰਨ ਜਾ ਰਹੇ ਹਾਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਜਿਨ੍ਹਾਂ ਦਾ ਨਾਮ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ। ਮੇਰੀ ਮੁਰਾਦ ਪਿੰਦਾ ਜੈਕਸ਼ਨ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਟੋਕਰਾ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਤੁਹਾਡੇ ਚੈਨਲ ਦਾ ਕਿ ਸਾਨੂੰ ਇਸ ਯੋਗ ਸਮਝਿਆ ਤੁਸੀਂ। ਸਾਡਾ ਵੀ ਸੁਭਾਗ ਆ ਜਿਹੜਾ ਅਸੀਂ ਇੰਨੀ ਦੂਰੋਂ ਚੱਲ ਕੇ ਜਿਹੜਾ ਮੋਹਾਲੀ ਤੁਹਾਡੇ ਆ ਇੰਟਰਵਿਊ ਕਰਨ ਆਏ ਹਾਂ, ਕਿਉਂਕਿ ਇਹ ਗੜ੍ਹ ਬਣ ਗਿਆ ਜਿੱਦਾਂ ਲੁਧਿਆਣਾ ਕਿਸੇ ਟਾਈਮ ਗੜ੍ਹ ਹੁੰਦਾ ਸੀ ਪੰਜਾਬੀ ਸਿੰਗਰਾਂ ਦਾ, ਅਤੇ ਹੁਣ ਮੋਹਾਲੀ ਬਣ ਗਿਆ। ਅਤੇ ਪਹਿਲਾ ਸਵਾਲ ਆ ਜਿਹੜਾ ਮੈਂ ਪੁੱਛਣਾ ਚਾਹੁੰਦਾ ਕਿ ਸੰਗੀਤ ਦੇ ਵਿੱਚ ਆਏ ਕਿੱਦਾਂ, ਪਹਿਲਾ ਕਦਮ ਕਿੱਦਾਂ ਰੱਖਿਆ? ਮੈਂ ਤੁਸੀਂ ਬਹੁਤ ਹੀ ਜਿਹੜਾ ਭਾਵੁਕ ਜਿਹੜਾ ਮੇਰੇ ਤੋਂ ਸਵਾਲ ਪੁੱਛ ਲਿਆ, ਜਦੋਂ ਮੈਂ ਸੰਗੀਤ ਦੇ ਇਸ ਸੰਸਾਰ ਦੇ ਵਿੱਚ ਜੀ ਪਹਿਲੀ ਵਾਰ ਕਦਮ ਰੱਖਿਆ ਜੀ, ਮੈਂ ਪਹਿਲਾ ਕਦਮ ਰੱਖਿਆ ਤਾਂ ਮੈਨੂੰ ਦੂਜਾ ਵੀ ਰੱਖਣਾ ਪਿਆ। ਉਹ ਤਾਂ ਰੱਖਣਾ ਹੀ ਪੈਣਾ ਸੀ, ਕਿਉਂਕਿ ਮੈਂ ਉਹਦੇ ਪਿੱਛੇ ਇੱਕ ਸਟੋਰੀ ਹੈ। ਦੇਖੋ ਮੈਂ ਸਟੂਡੀਓ ਜਿਹੜਾ ਜਿੱਥੇ ਆਪਾਂ ਗਾਣਾ ਰਿਕਾਰਡ ਕਰਦੇ ਹਾਂ, ਮੈਂ ਪਹਿਲਾ ਕਦਮ ਰੱਖਿਆ ਤਾਂ ਸਟੂਡੀਓ ਦੇ ਬਾਹਰ ਜਿਹੜਾ ਆ ਮੀਂਹ ਪੈ ਰਿਹਾ ਸੀ ਜੀ, ਅਤੇ ਮੈਂ ਕਿਹਾ ਹੁਣ ਜਲਦੀ ਜਲਦੀ ਅੰਦਰ ਚੱਲੀਏ ਵੀ ਭਿੱਜ ਜਾਣਾ ਆਪਾਂ, ਤਾਂ ਫਿਰ ਐਵੇਂ ਬਸ ਚੱਲਦੇ ਗਏ ਅਤੇ ਮੌਕਾ ਮਿਲਿਆ। ਬਿਲਕੁਲ, ਜੇ ਇੱਕ ਤਾਂ ਬੰਦੇ ਨੂੰ ਵੈਸੇ ਬੜਾ ਚਾਹ ਹੁੰਦਾ ਕਿ ਮੈਂ ਹੈ ਸਟੂਡੀਓ 'ਚ ਮਿਊਜ਼ਿਕ ਸਟੂਡੀਓ 'ਚ ਉਹ ਵੀ ਇੱਕ ਸਿੰਗਰ ਹੋਵੇ। ਅਤੇ ਅਗਲਾ ਸਵਾਲ ਆ ਜਿਹੜਾ ਕਿ ਸੰਗੀਤ ਜਿਹੜਾ ਆ ਸੰਗੀਤ ਦੀ ਸਿੱਖਿਆ ਕਿੱਦਾਂ ਲਈ ਅਤੇ ਕਿਵੇਂ ਸੰਗੀਤ ਦੇ ਅੰਦਰ ਤੁਹਾਡੇ ਅੰਦਰ ਚੇਚਕ ਪਈ ਸੰਗੀਤ? ਸੰਗੀਤ ਦਾ ਸਰ ਬੜਾ ਹੀ ਸ਼ੌਂਕ ਸੀ ਜੀ 10 ਨੂੰ, ਅਤੇ ਜਿਹੜੀ ਚੇਟਕ ਮੈਨੂੰ ਇਹ ਲੱਗੀ ਹੈ ਜੀ, ਇਹ ਮੈਨੂੰ ਲੱਗੀ ਹੈ ਮੇਰੇ ਉਸਤਾਦ ਚਾਚਾ ਜੀ। ਸਰ ਜਿਉਂ ਜਿਉਂਦੇ ਨੇ, ਸਾਡੇ ਘਰ ਮਤਲਬ ਆਉਣ ਜਾਣਾ ਘੱਟ ਗਿਆ ਨਾ ਜੀ, ਉਹਨਾਂ ਦੇ ਪੈਸੇ ਲਏ ਸੀ ਅਸੀਂ, ਸੋ ਟਾਈਮ ਸਿਰ ਨਹੀਂ ਮੋੜ ਪਾਏ। ਚਲੋ ਇਹ ਤਾਂ ਚੱਲਦੀਆਂ ਰਹਿਣੀਆਂ ਨੇ, ਸੋ ਉਹਨਾਂ ਨੇ ਮੈਨੂੰ ਬੜਾ ਮਤਲਬ ਮੈਨੂੰ ਗਾਲਾਂ ਗੁਲਾਂ ਕੱਢਣੀਆਂ ਉਹਨਾਂ ਨੇ, ਹਨਾ ਮਤਲਬ ਮੇਰੀ ਬੇਇੱਜ਼ਤੀ ਬਹੁਤ ਕਰਨੀ ਉਹਨਾਂ ਨੇ, ਸੋ ਉੱਥੇ ਫਿਰ ਮੈਨੂੰ ਚੇਟਕ ਲੱਗੀ। ਉਹ ਮੈਂ ਇੱਕ ਸੌਂਗ ਵੀ ਸੁਣਿਆ ਨਾ ਕਿ ਕਹਿੰਦੇ ਨੇ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ। ਬਿਲਕੁਲ ਬਿਲਕੁਲ, ਉਹ ਜਿੰਨੀਆਂ ਵੀ ਮੈਨੂੰ ਉਹਨਾਂ ਨੇ ਗਾਲਾਂ ਕੱਢੀਆਂ ਮੈਂ ਰਿਕਾਰਡ ਕਰ ਲਈਆਂ ਜੀ, ਇੱਦਾਂ ਹੀ ਬਸ। ਅਗਲਾ ਸਵਾਲ ਜਿਹੜਾ ਆ, ਗੀਤ ਲਿਖਦੇ ਵੀ ਹੋ ਤੁਸੀਂ? ਹਾਂਜੀ। ਹੁਣ ਤੱਕ ਗੀਤ ਜਿਹੜੇ ਤੁਸੀਂ ਕਿਹੜੇ ਕਿਹੜੇ ਗੀਤ ਲਿਖੇ? ਹੁਣ ਤੱਕ ਸਰ ਮੈਂ ਘੱਟੋ ਘੱਟ ਨਹੀਂ 95-96 ਮੈਂ ਗੀਤ ਜਿਹੜੇ ਆ ਮੈਂ ਲਿਖ ਚੁੱਕਾ ਜੀ ਜੀ ਜੀ, ਅਤੇ ਇਫੈਕਟ ਔਨ ਰਿਕਾਰਡ ਜਿਹੜਾ ਮੈਂ ਇਹ ਗੱਲ ਕਹਿ ਰਿਹਾ ਵੀ ਮੈਂ ਸਤਿੰਦਰ ਸਰਤਾਜ ਜੀ ਬਹੁਤ ਵੱਡਾ ਨਾਂ ਹੈ ਜੀ, ਸਰਦਾਰ ਜੀ ਨਹੀਂ ਸਤਿੰਦਰ ਸਰਤਾਜ। ਹਾਂਜੀ, ਸਤਿੰਦਰ ਸਰਤਾਜ ਜੀ ਮੈਂ ਜਿਹੜਾ ਆ ਜੀ ਜੀ ਅਨੁਵਾਦ ਜਿਹੜਾ ਕੀਤਾ ਉਹਨਾਂ ਦਾ ਵੀ ਬਹੁਤ ਹੀ, ਮੈਂ ਤਾਂ ਰੇਣੀ ਹਾਂ ਵੀ ਮੈਨੂੰ ਇਹ ਮੌਕਾ ਦਿੱਤਾ ਉਹਨਾਂ ਨੇ। ਅੱਛਾ, ਮੈਂ ਤੁਸੀਂ ਜਿੰਨੇ ਸਾਰੇ ਸੌਂਗ ਜਿਹੜੇ ਸਤਿੰਦਰ ਸਰਤਾਜ ਦੇ ਮੋਸਟਲੀ ਤੁਸੀਂ ਲਿਖੇ ਹੋਏ ਨੇ? ਹਾਂਜੀ, ਮੈਂ ਸਭ ਲਿਖੇ ਨੇ ਜੀ, ਜਿਵੇਂ ਕਿ ਜਦੋਂ ਵੀ ਉਹਨਾਂ ਦਾ ਕੋਈ ਨਵਾਂ ਗਾਣਾ ਰਿਲੀਜ਼ ਹੁੰਦਾ ਤਾਂ ਮੈਂ ਲਿਖ ਲੈਂਦਾ ਸਰ, ਸਾਰੇ ਕੁਛ ਗੱਲਾਂ ਜਿਹੜੀਆਂ ਨਾ ਉਹ ਆਫ ਦਾ ਰਿਕਾਰਡ ਵੀ ਰੱਖਿਓ। ਤੁਸੀਂ ਲਓਗੇ ਕੀ, ਤੁਸੀਂ ਪੀਓਗੇ ਦੋ ਦੋ? ਨਹੀਂ 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 ਨਹੀਂ, ਆਪਾਂ ਨਹੀਂ, ਅਸੀਂ ਸ਼ਰਾਬ ਨੂੰ ਇੱਕ ਤਾਂ ਪ੍ਰਮੋਟ ਨਹੀਂ ਕਰਦੇ ਅਸੀਂ। ਅੱਛਾ ਅੱਛਾ, ਅਤੇ ਉਹ ਨਹੀਂ ਸ਼ਰਾਬ ਦੀ ਤਾਂ ਗੱਲ ਹੀ ਨਹੀਂ ਕੀਤੀ ਜੀ, ਮੈਂ ਸ਼ਰਾਬ ਦੀ ਗੱਲ ਮੈਂ ਦੱਸੋ ਦਰਸ਼ਕਾਂ ਮੂਹਰੇ ਮੈਂ ਸ਼ਰਾਬ ਦੀ ਗੱਲ ਕਿਵੇਂ ਕਰ ਸਕਦਾ ਜੀ ਜੀ? ਹਾਂਜੀ, ਇਹ ਤਾਂ ਤੁਸੀਂ ਮੇਰੇ 'ਤੇ ਲਾਤਾ, ਤੋਹਮਤ ਲਾਤੀ ਮੇਰੇ 'ਤੇ। ਦੇਖੋ ਜੀ, ਉਹ ਦਾਰੂ ਆ,
दारू की कहते दवाई यार गुड़ है गुड़ है संतरे ना बनी है लाओ नहीं जी आप नाम लिया हुआ जी अच्छा हाँ जी हाँ जी केड़े बाबा जी का नाम लिया जेल च नहीं गुरु जी साढ़े ओह अच्छा 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 बहुत रंगीन बाबा जी चलो कोई गल नहीं अगला सवाल जिहड़ा मेरा पहला गाना जिहड़ा थोड़ा कदों आया ते तुसीं उह कित्थे रिकॉर्ड कराया ते उहदा रिस्पोंस की सी किन्ने व्यू आए ते किवें जिहदे पहले गाने नूं व्यू आउंदे ने ते किद्दां शौक हुंदा उहदे बारे वी दर्शकां देखो जी जदों मैं पहला जदों मैं रिलीज़ कीता जी मन च खुशी बहुत मतलब तुहानूं पता नहीं मतलब खुशी दा टिकाणा ही नहीं सी कोई जी 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 मेरे 10 लाइक आए 10 लाइक साडे रिश्तेदारी दे विच 60 बंदे आ जिहड़े मेन मेन है ना हां जी तो मैं सारे नू शेयर किया 10 लाइक आए मैनू तो मम्मी कहें भी चलो आप बाबा जी ते मत्था टेकन जाना मत्था टेकिया बड़ा मन में शांति मिली है तो उतो ही जी साड़ी बस बल्ले बल्ले हो गई भावुक ना हो बड़ा भावुक तो मैं होया ही नहीं थोड़ा मूँह मूँह ही शायद थोड़ा मूँह ही इदा बस आकर्षित जरा मतलब करता है ਇਹਦੇ ਕਰਕੇ ਚੱਲੀ ਜਾਂਦੇ ਹਾਂ ਜੀ ਹਰ ਇੱਕ ਕਲਾਕਾਰ ਦੀ ਜਿਹੜੀ ਇੱਕ ਲਾਈਫ ਆ ਉਹ ਸਟਰਗਲਫੁੱਲ ਹੁੰਦੀ ਆ ਹਾਂਜੀ ਸਟਰਗਲ ਨਾਲ ਭਰੀ ਹੁੰਦੀ ਆ ਤੁਹਾਡਾ ਵੀ ਕੋਈ ਵਾਕਿਆ ਤਾਂ ਇੱਦਾਂ ਦਾ ਹੈਗਾ ਤਾਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਸਟਰਗਲ ਦੇ ਦਿਨਾਂ ਦੀ ਤੁਸੀਂ ਯਾਦ ਦਿਲਾ ਕੇ ਮੈਨੂੰ ਤਾਂ ਇਮੋਸ਼ਨਲ ਕਰਤਾ ਜੀ ਤੁਸੀਂ ਜੀ ਅੱਜ ਵੀ ਮੈਨੂੰ ਯਾਦ ਆ ਸਾਨੂੰ ਤਾਂ ਪਿੰਡ ਦਾ ਕੁੱਤਾ ਤੱਕ ਨਹੀਂ ਸੀ ਪੁੱਛਦਾ ਜੀ 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 ਉਹ ਤਾਂ ਸਰਕਾਰ ਨੇ ਹਾਈਵੇ ਕੱਢ ਤਾ ਸਾਰੀ ਜ਼ਮੀਨ 'ਚੋਂ ਜੀ ਸੰਗੀਤ ਦੇ ਵਿੱਚ ਗੁਰੂ ਕਿਸ ਨੂੰ ਮੰਨਦੇ ਹੋ ਸੰਗੀਤ ਦੇ ਵਿੱਚ ਦੇਖੋ ਜੀ ਜਿਨ੍ਹਾਂ ਨੂੰ ਸਾਰੇ ਮੰਨਦੇ ਨੇ ਅਤੇ ਮੈਂ ਉਹਨਾਂ ਨੂੰ ਮੈਂ ਵੀ ਉਹਨਾਂ ਦਾ ਇੱਕ ਛੋਟਾ ਜਿਹਾ ਸਾਡੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਕੀ ਬਾਤ ਆ ਫਿਰ ਤਾਂ ਕਮਾਲ ਹੀ ਹੋ ਗਈ ਮੈਂ ਕਹਿੰਦਾ ਕਿ ਇਹ ਸ਼ਬਦ ਹੀ ਨਹੀਂ ਬਚੇ ਮੇਰੇ ਕੋਲ ਕਿ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਜਿਹੜਾ ਸੁਣਦਾ ਹੋਏਗਾ ਬੰਦਾ ਸੰਗੀਤ ਦੇ ਵਿੱਚ ਉਹਦੀ ਸੋਚ ਕੀ ਹੋਏਗੀ ਉਹਦਾ ਦਾਇਰਾ ਕੀ ਹੋਏਗਾ ਬਾ ਕਮਾਲ ਤਾਂ ਕਮਾਲ ਹੀ ਹੋ ਗਈ ਜੀ ਅਸੀਂ ਇੰਨੇ ਜੋਗੇ ਨਹੀਂ ਸਰ ਤੁਸੀਂ ਮਤਲਬ ਠੀਕ ਹੈ ਜੀ ਬਸ ਹਾਂਜੀ ਹਾਂਜੀ ਤਾਂ ਉਹਨਾਂ ਦਾ ਇੱਕ ਨੁਸਰਤ ਸਾਹਿਬ ਦਾ ਕੋਈ ਵੀ ਕਵਾਲੀ ਕੋਈ ਗਜ਼ਲ ਕੋਈ ਗੀਤ ਜਿਹੜਾ ਦਰਸ਼ਕਾਂ ਦੇ ਰੂਹ ਜ਼ਰੂਰ ਉਹ ਸਰ ਐਕਚੁਅਲੀ ਇਹ ਸਾਰੇ ਸਿੰਗਰ ਲੈਂਦੇ ਨੇ ਜੀ ਨਾ ਅਤੇ ਮੈਨੂੰ ਚੰਗਾ ਲੱਗਿਆ ਮੈਂ ਵੀ ਲੈ ਲਿਆ ਮੈਂ ਤਾਂ ਜਾਣਦਾ ਨਹੀਂ ਜੀ ਕੌਣ ਨੇ ਦੇਖ ਲਓ ਆਹ ਹਾਲ ਨੇ ਜਿਹੜੇ ਅੱਜ ਕੱਲ੍ਹ ਦੇ ਸਿੰਗਰਾਂ ਦੇ ਕੋਈ ਨਾ ਜੀ ਇਹ ਕੱਟਾਂਗੇ ਆਪਾਂ ਕਿਉਂਕਿ ਇੰਟਰਵਿਊ ਵਧੀਆ ਆਪਾਂ ਤੁਹਾਡੀ ਜੇ ਤਾਂ ਘਰੇ ਆਏ ਹਾਂ ਤਾਂ ਤੁਹਾਡੀ ਵਧੀਆ ਇੰਟਰਵਿਊ ਪੇਸ਼ ਕਰਾਂਗੇ ਆਪਾਂ ਬਿਲਕੁਲ ਸਟਰਗਲ ਤੁਸੀਂ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਟਰਗਲ ਕੀਤਾ ਠੀਕ ਹੈ ਜੀ ਸਟਰਗਲ ਸਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਬਸ ਬਸ ਆਉਂਦੀ ਸੀ ਜੀ ਸਕੂਲ ਲੈਣ ਅੱਛਾ ਸਕੂਲ ਦੀ ਲਾਈਫ ਤੁਹਾਡੀ ਗੱਲ ਹਾਂਜੀ ਜੀ ਬਸ ਜਾਣਾ ਬਸ 'ਚ ਆਉਣਾ ਬੜਾ ਔਖਾ ਉਦੋਂ ਗੱਡੀ ਨਹੀਂ ਸੀ ਹੁੰਦੀ ਮੇਰੇ ਕੋਲ ਕਾਲਜ ਗਿਆ ਗੱਡੀ ਮਿਲਣੀ ਹੈ ਗੱਡੀ ਛੋਟੀ ਮਿਲੀ ਆ ਕਿਹੜੀ ਜੀ ਮਰਸੀਡੀਜ਼ ਬੈਂਸ ਤੇਲ ਪਵਾ ਕੇ ਦਿੰਦੇ ਸੀ ਮੈਂ ਮਨਾ ਨਹੀਂ ਕਰਦਾ ਪਰ ਖਰਚਾ ਘੱਟ ਦਿੰਦੇ ਸੀ ਕਿੰਨਾ ਖਰਚਾ ਦਿੰਦੇ ਸੀ ਜੀ 10,000 ਰੁਪਏ ਮਹੀਨਾ ਦੱਸੋ ਕੀ ਹੁੰਦਾ 10,000 ਰੁਪਏ ਮਹੀਨਾ ਸੋਰੀ ਜੀ ਅਗਲਾ ਜਿਹੜਾ ਸਵਾਲ ਹੈ ਜੀ ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਲਾਈਫ ਸਟਰਗਲ ਆ ਤੁਸੀਂ ਮਿਹਨਤ ਵੀ ਕੀਤੀ ਮਿਊਜ਼ਿਕ ਦੇ ਵਿੱਚ ਤੁਹਾਡਾ ਕਾਫੀ ਜਿਹੜਾ ਆ ਇੰਡਸਟਰੀ 'ਚ ਨਾਮ ਆ ਤੁਹਾਡਾ ਨਾਮ ਇੱਕ ਪਿੰਦਾ ਜੈਕਸਨ ਜਾਣਿਆ ਜਾਂਦਾ ਕਿ ਇੱਕ ਸਿੰਗਰ ਆ ਜਿਹੜਾ ਪਿੰਦਾ ਜੈਕਸਨ ਜਿਹਦੇ ਗਾਣੇ ਨੂੰ ਥੋੜ੍ਹੇ ਮਿੰਟਾਂ ਦੇ ਵਿੱਚ ਕਾਫੀ ਜਿਹੜੇ ਵਿਊ ਹੋ ਜਾਂਦੇ ਨੇ ਅਤੇ ਅਗਲਾ ਸਵਾਲ ਆ ਜਿਹੜਾ ਉਹ ਇਹੀ ਹੈ ਕਿ ਸੰਗੀਤ ਦੇ ਵਿੱਚ ਸਵਰ ਕਿੰਨੇ ਹੁੰਦੇ ਨੇ ਤੁਸੀਂ ਉਹ ਦਰਸ਼ਕਾਂ ਨੂੰ ਦੱਸੋਗੇ ਤਾਂ ਕਿ ਜਿਹੜੇ ਨਵੇਂ ਜਿਹੜੇ ਸੰਗੀਤ ਸਿੱਖਣ ਵਾਲੇ ਨਵੇਂ ਨੌਜਵਾਨ ਨੇ ਉਹ ਇੱਕ ਨਵਾਂ ਇੱਕ ਪੈਡ ਉਹਨਾਂ 'ਤੇ ਤੁਸੀਂ ਚੰਗਾ ਇੱਕ ਚੰਗਾ ਦੇਖੋ ਜੀ ਮੈਂ ਤਾਂ ਤੁਹਾਨੂੰ ਇਹ ਗੱਲ ਕਹੂੰਗਾ ਦੇਖੋ ਪੁਰਾਣੇ ਸਮੇਂ ਦੇ ਵਿੱਚ ਜੋ ਚੀਜ਼ ਚੱਲਦੀ ਸੀ ਉਦੋਂ ਚੱਲਦੀ ਸੀ ਜੀ ਠੀਕ ਹੈ ਜੀ
ਹੁਣ ਜਿਹੜਾ ਨਵਾਂ ਯੁੱਗ ਹੈ, ਨਵੇਂ ਯੁੱਗ ਦੇ ਵਿੱਚ ਸਾਨੂੰ ਕੁਝ ਕੁ ਤਬਦੀਲੀਆਂ ਵੀ ਕਰਨੀਆਂ ਪੈਣ ਜੀ ਜੀ ਅਤੇ ਉਹਦੇ ਵਿੱਚ ਅਸੀਂ ਤਬਦੀਲੀ ਕੀ ਕੀਤੀ ਆ, ਅਸੀਂ ਜਿਹੜਾ ਮਿਊਜ਼ਿਕ ਆ ਉਹ ਸਾਰਾ ਅਸੀਂ ਕਾਪੀ ਕਰ ਲੈਂਦੇ ਕਾਪੀ ਕਰਦੇ ਹਾਂ ਜੀ ਅਤੇ ਉਹਦੇ ਵਿੱਚ ਕਾਪੀ ਮਿਲ ਜਿਹੜੇ ਆਪਣੇ ਕਾਲੇ ਹੋ ਗਏ ਗੋਰੇ ਹੋ ਨਾ ਉਹਨਾਂ ਦੇ ਬੜਾ ਵਧੀਆ ਮਿਊਜ਼ਿਕ ਹਾਂ ਮੈਂ ਕਾਫੀ ਸਿੰਗਰਾਂ ਦੇ ਦੇਖੇ ਹੋਏ ਨੇ ਕਿ ਉਹ ਅਰਬੀ ਅਰਬੀ ਸੌਂਗਸ ਦੀਆਂ ਜਿਹੜੀਆਂ ਕਾਪੀਆਂ ਸ਼ਰਿਆਂ ਮਾਰੀਆਂ ਨੇ ਨਾ ਸ਼ਰਿਆਂ ਮਾਰੀ ਅਤੇ ਉਹ ਮਤਲਬ ਸੁਣਨ ਤਾਂ ਚੰਗਾ ਲੱਗਦਾ ਵੈਸੇ ਚਲੋ ਆਪਾਂ ਕਾਪੀ ਵੀ ਗਈ ਬਟ ਸੁਣਨਾ ਚੰਗਾ ਲੱਗਦਾ ਮੈਂ ਗੱਲ ਅਗਲਾ ਫਿਰ ਸਵਾਲ ਉਹੀ ਹੈ ਕਿ ਤੁਸੀਂ ਦੱਸੋ ਦਰਸ਼ਕਾਂ ਨੂੰ ਸਵਾਰ ਹੁੰਦੇ ਕਿੰਨੇ ਨੇ ਮੈਂ ਫਿਰ ਤੁਹਾਨੂੰ ਮੈਂ ਉਸ ਚੀਜ਼ 'ਤੇ ਟੋਕਦਾ ਜੀ ਦੇਖੋ ਸਵਰ ਤੋਂ ਅਸੀਂ ਕੀ ਲੈਣਾ ਜੀ ਸਿੱਧੀ ਜੀ ਗੱਲ ਆ ਆਡੋ ਟਿਊਨ ਨਾਂ ਦਾ ਇੱਕ ਸਾਡੇ ਕੋਲ ਸੋਫਟਵੇਅਰ ਆ ਅਸੀਂ ਉਹਦੇ 'ਚ ਜਿੰਨੇ ਵੀ ਸਵਰ ਹੁੰਦੇ ਨੇ ਜਿਵੇਂ 12 ਹੁੰਦੇ ਨੇ ਹੈ ਨਾ ਜੀ ਆਪਣੇ ਹਿਸਾਬ ਨਾਲ ਹੁਣ ਸਾਡੇ ਜਿਵੇਂ ਠੀਕ ਹੈ ਜੀ ਅਤੇ ਕੋਈ ਗੱਲ ਨਹੀਂ ਇਹ ਵੀ ਸਵਰ ਵੀ ਤੁਹਾਨੂੰ ਦੱਸਾਂਗੇ ਕੋਈ ਗੱਲ ਨਹੀਂ ਤੁਸੀਂ ਅਗਲਾ ਕੁਸ਼ਚਨ ਪੁੱਛੋ ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਤੁਹਾਨੂੰ ਮੈਨੂੰ ਪਤਾ ਮੈਂ ਨਹੀਂ ਕਹਿੰਦਾ ਮੈਨੂੰ ਪਤਾ ਜੀ ਪਰ ਮੈਂ ਥੋੜ੍ਹਾ ਇਹਨੂੰ ਵਿਆਖਿਆ ਜਿਹੜੀ ਹੈ ਨਾ ਚੰਗੀ ਤਰ੍ਹਾਂ ਕਰਨਾ ਚਾਹੂੰਗਾ ਇੱਕ ਫੀਲਡ ਦੇ ਵਿੱਚ ਕਰਨਾ ਚਾਹੂੰਗਾ ਮੈਂ ਇੱਦਾਂ ਰਾਗ ਕੋਈ ਕਦਰ ਰਾਗ ਆਉਂਦਾ ਹੋਵੇ ਤੁਹਾਨੂੰ ਰਾਕ ਜੀ ਹਾਲੇ ਸਰ ਉਹ ਸਵੇਰੇ ਠੰਡ ਬਹੁਤ ਸੀਗੀ ਅਤੇ ਮੈਂ ਜਰਾ ਗੇੜਾ ਮਾਰਨ ਗਿਆ ਅਤੇ ਸਿਰ 'ਤੇ ਪਰਨਾ ਨਹੀਂ ਸੀ ਲਿਆ ਸੋ ਠੰਡ ਲੱਗ ਗਈ ਹੈ ਨਾ ਉਹਦੇ ਕਰਕੇ ਖਲੇ 'ਚ ਥੋੜ੍ਹੀ ਜਿਹੀ ਮੈਂ ਰਾਗ ਦੀ ਮੈਂ ਤੁਹਾਨੂੰ ਇਹ ਖੇਮਾਂ ਦਾ ਚਾਚਕ ਹਾਂ ਤੁਹਾਨੂੰ ਰਾਗ ਕਦੀ ਫਿਰ ਸੁਣਾਵਾਂਗੇ ਕੋਈ ਗੱਲ ਨਹੀਂ ਜੀ ਅਗਲਾ ਸਵਾਲ ਮੈਂ ਫਿਰ ਕਰਦਾ ਕਿ ਤੁਸੀਂ ਖਾਣ ਦੇ ਵਿੱਚ ਕੀ ਜਿਹੜੀ ਆ ਧਿਆਨ ਰੱਖਦੇ ਹੋ ਕਿ ਜਿਹਦੇ ਨਾਲ ਤੁਹਾਡਾ ਗਲਾ ਜਿਹੜਾ ਬਿਲਕੁਲ ਠੀਕ ਰਹੇ ਦੇਖੋ ਜੀ ਇਹ ਬਹੁਤ ਹੀ ਅਹਿਮ ਔਰ ਚੰਗੀ ਜਿਹੜੀ ਹੈ ਤੁਸੀਂ ਗੱਲ ਪੁੱਛੀ ਔਰ ਮੈਂ ਸਭ ਨੂੰ ਮੈਸੇਜ ਵੀ ਇਹ ਦੇਣਾ ਚਾਹਾਂਗਾ ਕਿ ਵੀ ਦੇਖੋ ਸਟਰੀਟ ਫੂਡ ਜਮ੍ਹਾਂ ਨਾ ਖਾਓ ਜੀ ਠੀਕ ਹੈ ਜੀ ਜੇ ਖਾਣਾ ਤੁਸੀਂ ਮੈਕਡੀ ਜਾ ਸਕਦੇ ਹੋ ਠੀਕ ਹੈ ਜੀ ਬਰਗਰ ਕਿੰਗ ਜਾ ਸਕਦੇ ਹੋ ਠੀਕ ਹੈ ਬੜੇ ਮਤਲਬ ਪੀਜ਼ਾ ਹਟ ਹੈਗਾ ਅਤੇ ਉਹ ਚੀਜ਼ ਖਾਓ ਜੀ ਜਿਹੜੀ ਚੀਜ਼ ਫਰੈਸ਼ ਹੈਗੀ ਹੈ ਜੀ 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 ਠੀਕ ਹੈ ਜੀ ਅਤੇ ਨਾਲ ਨਾਲ ਐਡਵਰਟਾਈਜ਼ਮੈਂਟ ਵੀ ਹੋ ਗਈ ਹੈ ਚਾਰ ਛੇ ਲੜਾਵੇ ਜਾਣਗੇ ਇੱਧਰੋਂ ਵੀ ਅਤੇ ਰਿਆਜ਼ ਕਿੰਨਾ ਚਿਰ ਕਰਦੇ ਹੋ ਰਿਆਜ਼ ਦੇਖੋ ਜੀ ਜਦ ਵੀ ਮੌਕਾ ਮਿਲੇ ਮੈਂ ਰਿਆਜ਼ ਕਰ ਲੈਂਦਾ ਕਿੱਥੇ ਕਰਦੇ ਕਿੱਥੇ ਰਿਆਜ਼ ਰਿਆਜ਼ ਦੇਖੋ ਰਿਆਜ਼ ਹੀ ਹੈ ਜੀ ਜਦੋਂ ਹੁਣ ਅਸੀਂ ਸਟੂਡੀਓ ਦੇ ਵਿੱਚ ਗਾਣਾ ਗਾਉਣਾ ਉਹ ਇੱਕ ਰਿਆਜ਼ ਹੈ ਜੀ ਜੀ ਠੀਕ ਹੈ ਬਿਲਕੁਲ ਜੀ ਤੁਸੀਂ ਸਮਝੋ ਥੋੜ੍ਹਾ ਜਿਹਾ ਜੀ 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 ਅਤੇ ਨਹੀਂ ਜ਼ਰੂਰ ਇੱਕ ਤਾਂ ਸੌਂਗ ਜਿਹੜਾ ਥੋੜ੍ਹਾ ਬੜਾ ਫੇਮਸ ਹੋਇਆ ਹੈ ਉਹ ਜ਼ਰੂਰ ਦਰਸ਼ਕਾਂ ਦੇ ਰੂਪ ਹਾਂ ਮੇਰਾ ਫੇਮਸ ਹੋਇਆ ਜਿਹੜਾ ਦੇਖੋ ਜੀ ਬਹੁਤ ਹੀ ਦਿਲ ਦੇ ਕਰੀਬ ਆ ਮੇਰੇ ਅਤੇ ਮੈਂ ਅਕਸਰ ਗੁਣਗੁਣਾਉਂਦਾ ਰਹਿਣਾ ਜੀ ਤੇਰਾ ਯਾਰ ਵੇਚਦਾ ਚਾਰ ਕੁੜੇ ਕਦੇ ਨਿੰਬੂ ਦਾ ਕਦੇ ਔਲੇ ਦਾ ਤੇਰਾ ਯਾਰ ਵੇਚਦਾ ਚਾਰ ਕੁੜੇ ਕਦੇ ਨਿੰਬੂ ਦਾ ਕਦੇ ਔਲੇ ਨਹੀਂ ਗਾ ਕੇ ਸੁਣਾਓ ਗਾ ਕੇ ਤੇਰਾ ਯਾਰ ਵੇਚਦਾ ਚਾਰ ਕੁੜੇ ਠੀਕ ਹੈ ਨਾ ਇਹ ਮੁਰਕੀਆਂ ਇਹਨਾਂ ਨੂੰ ਬੋਲਦੇ ਤੇਰਾ ਯਾਰ ਵੇਚਦਾ ਚਾਰ ਕੁੜੇ ਕਦੇ ਨਿੰਬੂ ਦਾ ਕਦੇ ਔਲੇ ਦਾ ਜਿਹੜੀ ਸਿੰਗਿੰਗ ਹੈ ਜੀ ਇਹ ਮਤਲਬ ਇਹ ਆਵਾਜ਼ ਤਾਂ ਤੁਸੀਂ ਮੈਂ ਜਦੋਂ ਸੌਂਗ ਸੁਣੋ ਤਾਂ ਤੁਹਾਡਾ ਆਵਾਜ਼ ਵਾਹ ਕਮਾਲ ਲੱਗਦੀ ਹੈ ਇੱਥੇ ਕੀ ਹੈ ਦੇਖੋ ਜੀ ਇਹ ਤਾਂ ਜਸਟ ਦੇਖੋ ਇਹਦੇ 'ਚ ਮੈਂ ਤੁਹਾਨੂੰ ਦੱਸਿਆ ਇਹ 'ਚ ਆਟੋ ਟਿਊਨ ਲੱਗਣੀ ਹੈ ਧਾਮਕ ਬੇਸ ਹੈ ਮੰਤਰੀ ਵਾਲੀ ਧਾਮਕ ਬੇਸ ਜਿਵੇਂ ਕਹਿੰਦੇ ਮੰਤਰੀ ਸਾਹਿਬ ਅੱਜ ਕੱਲ੍ਹ ਗਾਣੇ ਗਾ ਰਹੇ ਨੇ ਜੀ ਜੇ ਹੁਣ ਉਹ ਸਾਡੇ ਵਾਲਾ ਕੰਮ ਕਰ ਲਾ ਜਾਣਗੇ ਅਸੀਂ ਕਰਾਂਗੇ ਮੈਂ ਵਿੱਚੋਂ ਇਹੀ ਸਵਾਲ ਕੱਢਦਾ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਸਰਦਾਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਇੱਕ ਸੌਂਗ ਆ ਰਹੇ ਨੇ ਸ਼ਾਇਦ ਕਿਤੇ ਵਿਆਹ ਦਾ ਉਹ ਬਾਕਮਾਲ ਉਹਨਾਂ ਦੀ ਆਵਾਜ਼ ਆ ਮੈਨੂੰ ਲੱਗਦਾ ਕਿ ਕਿਉਂਕਿ ਉਹਨਾਂ ਦੀ ਜ਼ਿਆਦਾ ਪਾਰਟੀ ਦਾ ਕੁਛ ਬਣਦਾ ਲੱਗਦਾ ਨਹੀਂ ਪੰਜਾਬ ਦੇ ਵਿੱਚ ਕਿ ਉਹ ਨਾ ਹੋਵੇ ਕਿ ਤੁਹਾਡੀ ਜਿਹੜੀ ਆ ਰੋਜ਼ੀ 'ਤੇ ਉਹ ਲੱਤ ਵੱਜੇ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਸਿੰਗਰ ਦੀ ਤਰ੍ਹਾਂ ਪਹਿਲਾਂ ਤਾਂ ਜੀ ਮੈਂ ਬਹੁਤ ਹੀ ਸਤਿਕਾਰ ਕਰਦਾ ਇਹਨਾਂ ਦਾ ਅਤੇ ਮੈਂ ਕੁਛ ਇਹੋ ਜਿਹੀ ਨਹੀਂ ਕਰਨਾ ਚਾਹੁੰਦਾ ਕਿ ਮੈਨੂੰ ਛਿੱਤਰਾਂ ਦਾ ਥਾਂ ਹੋ ਜਾਵੇ ਮੈਨੂੰ ਹੈ ਨਾ ਜੀ ਅਤੇ ਮੈਂ ਪੱਠਿਆਂ ਵਾਲੀ ਮਸ਼ੀਨ ਵੀ ਦੇਖੀ ਹੋਈ ਹੈ ਸੋ ਮੈਂ ਇਹ ਨਹੀਂ ਕਹੂੰਗਾ ਜੀ ਪਰ ਜੇ ਉਹ ਸਾਡੇ ਵੱਲ ਆਉਣਗੇ ਦੇਖੋ ਅਸੀਂ ਵੀ ਕੁਛ ਕਰਨਾ ਰੋਟੀ ਖਾਣੀ ਹੈ ਅਤੇ ਅਸੀਂ ਪੋਲਿਟਿਕਸ ਜੁਆਇਨ ਕਰ ਲਾਂਗੇ ਅੱਛਾ ਤੁਸੀਂ ਚਾਹੁੰਦੇ ਕਿ ਤੁਸੀਂ ਕਿਹੜੇ ਮੰਤਰੀ ਮੰਤਰੀ ਲੱਗ ਜਾਓ ਜੀ ਬਿਲਕੁਲ ਬਿਲਕੁਲ ਅਤੇ ਪਰ ਪੰਜਾਬ ਤੁਹਾਨੂੰ ਇੱਕ ਗੱਲ ਦਾ ਨਹੀਂ ਪਤਾ ਹੈਗਾ ਕਹਿੰਦੇ ਖਜ਼ਾਨਾ ਤਾਂ ਖਾ ਲਈਏ ਖਜ਼ਾਨਾ ਖਾ ਲਈਏ ਜੀ ਫਿਰ ਸਾਡਾ ਇਹੀ ਠੀਕ ਹੈ ਸਰ ਫਿਰ ਨਹੀਂ ਅਸੀਂ ਤਾਂ ਫਿਰ ਮਤਲਬ ਰਿਕੁਐਸਟ ਕਰਾਂਗੇ ਵੀ ਸਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਖੂਬੀ ਕਰ ਰਹੇ ਹੋ ਅਤੇ ਉਹੀ ਕਰਿਓ ਜੇ ਅਤੇ ਸਾਨੂੰ ਰੋਟੀ ਖਾਣ ਦਿਓ ਹੈ ਜੀ ਸਾਡਾ ਤਾਂ ਇਹ ਕੁਛ ਹੈ ਸਰ ਦੇਖੋ ਤੁਹਾਡੇ ਸਾਹਮਣੇ ਹੈ ਮੈਂ ਨਾ ਮਤਲਬ ਓਬਜ਼ਰਵ ਕਰ ਰਿਹਾ ਕਾਫੀ ਦੇਰ ਤੋਂ ਮੈਂ ਇੰਟਰਵਿਊ ਕੀਤੀ ਕਾਫੀ ਸਿੰਗਰਾਂ ਦੀ ਕੀਤੀਆਂ ਇੰਟਰਵਿਊ ਬਟ
ਮੈਨੂੰ ਬੜਾ ਦੁੱਖ ਨਾਲ ਕਹਿਣਾ ਪਿਆ ਕਿ ਮੈਂ ਬੜਾ ਹੰਬਲ ਹਾਂ ਸਰ, ਮੈਂ ਹਰੇਕ ਨਾਲ ਹੀ ਬੜਾ ਹੰਬਲ ਹਾਂ, ਮੈਂ ਡਾਊਨ ਟੂ ਅਰਥ ਹਾਂ, ਮੈਂ ਕਦੀ ਨਹੀਂ ਮਾਰੀ। ਉਹ ਗੱਲ ਤਾਂ ਸੁਣੋ ਜੀ। ਹਾਂਜੀ ਹਾਂਜੀ, ਮਤਲਬ ਤੁਹਾਨੂੰ ਸਿੰਗਰ ਬਣਾ ਕੇ ਨਹੀਂ ਦਿੱਤਾ? ਸਿੰਗਰ ਬਣਾ ਕੇ ਨਹੀਂ ਦਿੱਤਾ? ਉਹ ਤੁਹਾਨੂੰ ਗਾਣਾ ਤਾਂ ਤੁਹਾਨੂੰ ਆਉਂਦਾ ਨਹੀਂ, ਤੁਸੀਂ ਰੱਜ ਕੇ ਬੇਸੁਰੇ ਹੋ, ਪੰਜਾਬੀ ਚ ਜਿਵੇਂ ਕਹਿੰਦੇ ਬੌਂਗੇ ਹੋ ਤੁਸੀਂ, ਉਹ ਤੁਹਾਨੂੰ ਬਣਾ ਕੇ ਨਹੀਂ ਦਿੱਤਾ। ਮੇਰਾ ਤਾਂ ਦਿਲ ਕਰਦਾ ਕਿ ਮੈਂ ਇੰਟਰਵਿਊ ਕੈਮਰਾ ਕੁਮਰਾ ਭੰਨਾ, ਨਾਲੇ ਤੁਹਾਨੂੰ ਮੈਂ ਕੁੱਟਾਂ ਇੱਥੇ। ਉਹ ਸਰ ਤੁਸੀਂ ਹੋਰੇ ਗੇਅਰ ਪਾ ਲਿਆ ਉਹ ਮਹਾਰਾਜ, ਸਾਰੇ ਹੀ ਇੱਦਾਂ ਦੇ, ਮਤਲਬ ਆਟੋ ਟਿਊਨ ਮੈਂ ਨਹੀਂ ਯੂਜ਼ ਕਰਦਾ, ਸਾਰੇ ਇਹ ਕਰਦੇ ਨੇ। ਚਲੋ ਦਰਸ਼ਕਾਂ ਦੀ ਮੰਗ ਆ, ਇੱਕ ਗੀਤ ਸੁਣਾਓ ਉਹਨਾਂ ਨੂੰ, ਫਿਰ ਆਟੋ ਟਿਊਨ ਲਾ ਕੇ ਸੁਣਾ ਦੂੰਗਾ। ਨਹੀਂ ਨਹੀਂ ਇੱਦਾਂ ਹੀ ਸੁਣਾਓ ਤੁਸੀਂ, ਉਹ ਕੁਛ ਤਾਂ ਕੁਛ ਸੁਣਾਓ ਹੁਣ ਤੁਸੀਂ। ਉੱਪਰ ਸਰ ਮੈਂ ਤਾਂ ਗਾਉਂਦਾ ਹੀ ਨਹੀਂ।